ਕਿ ਤੁਸੀਂ ਵੀ ਚਟਕਾਰੇ ਲੈ ਕੇ ਖਾਂਦੇ ਹੋ ਟੋਮੈਟੋ ਕੈਚਪ, ਕਿ ਤੁਹਾਨੂੰ ਵੀ ਹਰ ਚੀਜ਼ 'ਚ ਪਸੰਦ ਹੈ ਟੋਮੈਟੋ ਕੈਚਪ? ਜੇ ਹਾਂ ਤੇ ਹੁਣੇ ਹੀ ਕਰ ਦਿਓ ਬਸ। ਟੋਮੈਟੋ ਕੈਚਪ ਤੋਂ ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ। ਕਿ ਤੁਸੀਂ ਵੀ ਚਟਕਾਰੇ ਲੈ ਕੇ ਟੋਮੈਟੋ ਕੈਚਪ ਖਾਂਦੇ ਹੋ, ਕਿ ਤੁਹਾਨੂੰ ਵੀ ਹਰ ਚੀਜ਼ ਦੇ ਵਿੱਚ ਕੈਚਪ ਪਾ ਕੇ ਖਾਣਾ ਪਸੰਦ ਹੈ? ਜੇਕਰ ਹਾਂ ਤਾਂ ਹੁਣੇ ਹੀ ਇਹ ਆਦਤ ਤੁਸੀਂ ਆਪਣੀ ਬਦਲ ਲਓ, ਕਿਉਂਕਿ ਅਜਿਹਾ ਸਵਾਦ ਜੋ ਹੈ ਜਿਸ ਦੇ ਕਾਰਨ ਤੁਹਾਨੂੰ ਬਿਮਾਰੀ ਹੋ ਸਕਦੀ ਹੈ, ਵੱਡਾ ਨੁਕਸਾਨ ਹੋ ਸਕਦਾ, ਸਿਹਤ ਦੇ ਉੱਪਰ ਬੁਰਾ ਅਸਰ ਪੈ ਸਕਦਾ। ਇਸ ਦੇ ਵਿੱਚ ਜੋ ਤੱਤ ਹੁੰਦੇ ਨੇ ਉਹ ਤੁਹਾਡੇ ਸਿਹਤ ਦੇ ਲਈ ਹਾਨੀਕਾਰਕ ਸਾਬਤ ਹੋ ਰਹੇ ਨੇ। ਜੀ ਹਾਂ, ਆਖਰ ਟੋਮੈਟੋ ਕੈਚਅਪ ਦੇ ਵਿੱਚ ਅਜਿਹਾ ਕੀ ਹੈ ਜਿਸ ਦੇ ਕਾਰਨ ਬਿਮਾਰੀਆਂ ਹੋ ਸਕਦੀਆਂ ਨੇ? ਉਸ ਦੇ ਲਈ ਦੇਖੋ ਇਹ ਸਾਡੀ ਖਾਸ ਰਿਪੋਰਟ। ਟੋਮੈਟੋ ਕੈਚਅਪ ਬਣਾਉਣ ਦੇ ਵਿੱਚ ਕੈਮੀਕਲ ਅਤੇ ਨਾਲ ਹੀ ਪ੍ਰਿਜ਼ਰਵੇਟਿਵ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਨਾਲ ਮੋਟਾਪਾ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ। ਇਸ ਲਈ ਇਸ ਨੂੰ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ। ਪੋਸ਼ਣ ਮਾਹਰਾਂ ਮੁਤਾਬਕ ਟੋਮੈਟੋ ਕੈਚਅਪ ਦੇ ਵਿੱਚ ਚੀਨੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਹ ਇੰਨਾ ਜ਼ਿਆਦਾ ਮਿੱਠਾ ਵੀ ਹੁੰਦਾ ਹੈ। ਇਸ ਦਾ ਮਤਲਬ ਜੇਕਰ ਤੁਸੀਂ ਰੋਜ਼ਾਨਾ ਇੱਕ ਚਮਚ ਟੋਮੈਟੋ ਕੈਚਅਪ ਖਾਂਦੇ ਹੋ ਤਾਂ ਇਹ ਤੁਹਾਡੀ ਰੋਜ਼ਾਨਾ ਦੀ ਜ਼ਰੂਰਤ ਦਾ 7% ਜਾਂ ਇਸ ਤੋਂ ਵੱਧ ਹੋ ਸਕਦਾ ਹੈ। ਟੋਮੈਟੋ ਕੈਚਅਪ ਦੇ ਵਿੱਚ ਨਮਕ ਦੀ ਵੀ ਜ਼ਿਆਦਾ ਮਾਤਰਾ ਹੁੰਦੀ ਹੈ। ਬਹੁਤ ਜ਼ਿਆਦਾ ਨਮਕ ਵਾਲੇ ਭੋਜਨ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵੀ ਹੋ ਜਾਂਦਾ ਹੈ। ਕੈਚਅਪ ਇੱਕ ਐਸਿਡਿਕ ਫੂਡ ਵੀ ਹੁੰਦਾ ਹੈ, ਇਸ ਕਾਰਨ ਗੈਸਟ੍ਰੋਇੰਟੈਸਟਾਈਨਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਕੈਚਅਪ ਬਣਾਉਂਦੇ ਸਮੇਂ ਟਮਾਟਰ ਨੂੰ ਕਾਫੀ ਸਮੇਂ ਤੱਕ ਉਬਾਲਿਆ ਜਾਂਦਾ ਹੈ, ਜਿਸ ਦੇ ਕਾਰਨ ਇਸ ਦੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ ਅਤੇ ਉਹ ਉਦਾਂ ਵੀ ਫਾਇਦੇਮੰਦ ਨਹੀਂ ਰਹਿੰਦਾ। ਇੱਕ ਰਿਪੋਰਟ ਮੁਤਾਬਕ ਟੋਮੈਟੋ ਕੈਚਅਪ ਦੇ ਵਿੱਚ ਪ੍ਰੋਟੀਨ, ਫਾਈਬਰ ਜਾਂ ਮਿਨਰਲ ਨਹੀਂ ਹੁੰਦੇ। ਸ਼ੂਗਰ ਅਤੇ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਕਿਡਨੀ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਟੋਮੈਟੋ ਕੈਚਅਪ ਦੀ ਵਰਤੋਂ ਕਿਸੇ ਵੀ ਚੀਜ਼ ਦਾ ਸਵਾਦ ਵਧਾਉਣ ਦੇ ਲਈ ਕੀਤੀ ਜਾਂਦੀ ਹੈ। ਜ਼ਿਆਦਾਤਰ ਬੱਚੇ ਟੋਮੈਟੋ ਕੈਚਅਪ ਖਾਣਾ ਪਸੰਦ ਕਰਦੇ ਨੇ, ਬਜ਼ੁਰਗ ਵੀ ਇਸ ਦੇ ਸ਼ੌਕੀਨ ਨੇ। ਲੋਕ ਬਰਗਰ, ਪੀਜ਼ਾ ਅਤੇ ਨਾਲ ਜੋ ਆ ਟੋਮੈਟੋ ਕੈਚਅਪ ਜ਼ਰੂਰ ਖਾਂਦੇ ਨੇ। ਸਨੈਕਸ ਹੋਵੇ ਜਾਂ ਕੋਈ ਹੋਰ ਚੀਜ਼, ਟੋਮੈਟੋ ਕੈਚਅਪ ਹਰ ਚੀਜ਼ ਦਾ ਸਵਾਦ ਵਧਾ ਦਿੰਦਾ ਹੈ। ਹੁਣ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਕੈਚਅਪ ਦੇ ਤੁਹਾਡੇ ਸਰੀਰ ਦੇ ਲਈ ਕਿੰਨੇ ਨੁਕਸਾਨ ਨੇ, ਇਸ ਲਈ ਇਸ ਦੀ ਜ਼ਿਆਦਾ ਵਰਤੋਂ ਠੀਕ ਨਹੀਂ ਹੈ। ਜੇਕਰ ਤੁਸੀਂ ਗੰਭੀਰ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਟੋਮੈਟੋ ਕੈਚਅਪ ਦੀ ਵਰਤੋਂ ਜਾਂ ਤਾਂ ਖਤਮ ਕਰ ਦਿਓ, ਜਾਂ ਫਿਰ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਲੇਕਿਨ ਉਸ ਦੀ ਲਿਮਿਟੇਸ਼ਨ ਤੁਸੀਂ ਕਰ ਸਕਦੇ ਹੋ। ਜੀ ਹਾਂ, ਅਜਿਹੀਆਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।